श्री वाहेगुरु जी का खालसा श्री वाहेगुरु जी की फतेह। वीरवान के पास मिनट शांत, दो मिनट शांति दे, दो तीन गल्ला करनी है, ज्यादा टाइम नहीं लाऊंगा मेरा भरा, ठीक है ना। जिते जरा खड़ा मेरे मेरे खड़ जो, अपने बजुर्ग बेटे ने, अपनी मावा भैन बेटिया ने, शांति नाल आपां किसी भी मर्यादा नूं भंग नहीं करना, बस दो तीन गल्ला करनी है, मैं ज्यादा टाइम नहीं लाऊंगा। सारिआं तों पहलां जिन्नी भी मेरी मावा भैन, मेरे बजुर्ग, मेरे वीर भरा इत्थे पहुंचे ने, सारिआं नूं मैं इक्को ही गल कहना चाहुंदा कि तुसीं सारे वधाई दे पात्र हो। ऐडा वड्डा देश ते उत्तों दी एड्डी जालम सरकार बिना शर्तां तों तेरे नाल बैठण नूं तैयार हुई है, तुहाडे हौसले नूं सलूट बणदा है, बहुत वड्डी गल है। अज मैं उत्थे एंटर होया, मैनूं सच्ची ऐ लग्गिआ हरे झंडे देख के लगे भी किसानों ने दिल्ली जुत्ती रखी है, दोनों हजे तो ऐलान ही बाकी है। पर उहदे च दो तीन चीजा होर ने, हुण जिन्ना भी मैं कहना भी यूथ इत्थे आया खड़ा, पंजाब का हरियाणे का यूथ आया खड़ा, यूपी का यूथ आया खड़ा, नैशनल मीडिया का जोर लगे तो सानू अत्तवादी घोषित कर ले, ਟਵੀਟਾਂ ਪੈ ਰਹੀਆਂ ਕਿ ਟੈਰੋਰਿਸਟ, ਕਿਸਾਨ ਟੈਰੋਰਿਸਟ, ਕਿਸਾਨ ਵੀ ਕੋਈ ਕਹਿ ਰਿਹਾ, ਸਿਰਫ ਟੈਰੋਰਿਸਟ ਕਹਿ ਰਹੇ ਨੇ। ਜੋ ਲੋਕ ਤੁਹਾਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਦੇ ਵੀ ਨਹੀਂ ਬਣਨਾ, ਇਹ ਅੱਜ ਤੁਹਾਨੂੰ ਅੱਤਵਾਦੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਖਬਰਾਂ ਦੇ ਰਾਹੀਂ। ਜੋਸ਼ ਦੇ ਨਾਲ ਹੋਸ਼ ਜ਼ਰੂਰ ਰੱਖਣਾ, ਇਹ ਆਪਣੇ ਬਜ਼ੁਰਗ ਨੇ ਜੋ ਆਪਣੀ ਅਗਵਾਈ ਕਰ ਰਹੇ ਨੇ, ਆਪਣੀਆਂ ਮਾਵਾਂ ਭੈਣਾਂ ਬੈਠੀਆਂ, ਆਪਾਂ ਕੋਈ ਇਹੋ ਜਿਹਾ ਹੁਨਰਬਾਜ਼ੀ ਨਹੀਂ ਕਰਨੀ ਕਦੇ ਵੀ, ਵੀ ਜਿਹਦੇ ਨਾਲ ਇਹਨਾਂ ਦੀ ਇੱਜ਼ਤ ਧੱਬਾ ਲੱਗੇ। ਅੱਜ ਗੁਰਪੁਰਬ ਦਾ ਦਿਹਾੜਾ ਹੈ, ਬਾਬੇ ਨਾਨਕ ਜੀ ਦਾ ਜਨਮ ਦਿਨ ਸੀ, ਤੇ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਕਿਰਤ ਕਰਨੀ ਤੇ ਵੰਡ ਛਕਣਾ। ਅਸੀਂ ਕਿਰਤੀ ਹਾਂ ਤੇ ਅਸੀਂ ਉਹਨਾਂ ਨੂੰ ਵੀ ਵੰਡ ਛਕਾਇਆ ਜਿਨ੍ਹਾਂ ਨੇ ਸਾਡੇ ਅੱਗੇ ਡਾਂਗਾਂ ਮਾਰੀਆਂ, ਤੇ ਆਪਾਂ ਬਾਬੇ ਨਾਨਕ ਦੀ ਫਿਲਾਸਫੀ ਤੇ ਚੱਲਦੇ ਹਾਂ ਸਾਰੇ। ਅੱਜ ਇੱਥੇ ਕੋਈ ਹਿੰਦੂ ਨਹੀਂ, ਕੋਈ ਸਿੱਖ ਨਹੀਂ, ਕੋਈ ਈਸਾਈ ਨਹੀਂ, ਸਾਡਾ ਸਭ ਤੋਂ ਵੱਡਾ ਧਰਮ ਰੋਟੀ ਹੈ, ਜਿਹੜੀ ਸਾਡੇ ਤੋਂ ਅੱਜ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪੋ ਆਪਣੇ ਵਖਰੇ ਨੂੰ ਭੁੱਲ ਕੇ, ਆਪੋ ਆਪਣੀਆਂ ਖਿੱਚਾਂ ਪੈਣਾ ਭੁੱਲ ਕੇ ਅੱਜ ਅਸੀਂ ਸਾਰੇ ਇਸ ਮੰਚ ਤੇ ਇਕੱਠੇ ਹੋਏ ਹਾਂ, ਸਾਡੇ ਲਈ ਇਹ ਵਧਾਈ ਦੀ ਗੱਲ ਹੈ। ਤੇ ਮੈਂ ਸੱਚੇ ਪਾਤਸ਼ਾਹ ਬਾਬੇ ਨਾਨਕ ਮੂਹਰੇ ਅਰਦਾਸ ਕਰਦਾ ਵੀ ਜੋ ਅੱਜ ਅਸੀਂ ਦੇਖ ਰਹੇ ਹਾਂ, ਇਹ ਮੰਜ਼ਰ ਦੇਖ ਰਹੇ ਹਾਂ, ਪੰਜਾਬ ਹਰਿਆਣਾ ਇੱਕੋ ਮੰਚ ਤੇ ਇਕੱਠਾ ਹੋਇਆ ਖੜਾ। ਮੇਰੇ ਵੱਡੇ ਵੀ ਹਰਿਆਣੇ ਵਾਲੇ ਭਰਾ ਪਹਿਲਾਂ ਬੋਲ ਕੇ ਗਏ ਨੇ, ਮੈਂ ਇਹਨਾਂ ਦੇ ਹੌਸਲੇ ਦੀ ਦਾਤ, ਇਹਨਾਂ ਨੇ ਗੱਲ ਕਹੀ ਵੀ ਜੋ ਸਾਡਾ ਭਰਾ ਪੰਜਾਬ ਫੈਸਲਾ ਕਰੋ, ਹਰਿਆਣਾ ਉਹਦੇ ਨਾਲ ਖੜੋ, ਇਹ ਬਹੁਤ ਵੱਡੀ ਗੱਲ ਸੀ ਇਹਨਾਂ ਨੂੰ। ਤੇ ਇਹੀ ਸੋਚ ਲੈ ਕੇ, ਇਹੀ ਆਸਥਾ ਲੈ ਕੇ, ਇਹੀ ਭਾਈਚਾਰਾ ਲੈ ਕੇ ਆਪਾਂ ਅੱਗੇ ਨੂੰ ਵਧਣਾ, ਸ਼ਾਂਤਮਈ ਤਰੀਕੇ ਨਾਲ, ਅਨੁਸ਼ਾਸਨ ਭੰਗ ਕਰੇ ਬਿਨਾਂ। ਤੇ ਜਿੰਨੇ ਵੀ ਮੇਰੇ ਭਰਾ ਮੈਨੂੰ ਇਸ ਵਕਤ ਨੈੱਟ ਥਰੂ ਦੇਖ ਰਹੇ ਨੇ, ਜਿਹੜੇ ਮੈਨੂੰ ਸੁਣ ਰਹੇ ਨੇ, ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਜਿਹਦੇ ਕੋਲੋਂ ਜਿੰਨਾ ਜਿੰਨਾ ਟਾਈਮ ਆ ਇੱਥੋਂ ਤੁਸੀਂ ਪਹੁੰਚੋ, ਇਹਨਾਂ ਬਜ਼ੁਰਗਾਂ ਦੀ, ਆਪਣੇ ਭਰਾਵਾਂ ਦੀ, ਆਪਣੀਆਂ ਮਾਵਾਂ ਦੀ ਹੌਸਲਾ ਅਫਜ਼ਾਈ ਕਰੋ, ਤਾਂ ਜੋ ਆਪਾਂ ਸੰਘਰਸ਼ ਦੀ ਜਿੱਤ ਪ੍ਰਾਪਤ ਕਰ ਸਕੀਏ। ਤੇ ਬਸ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਤੁਹਾਡੇ ਤੋਂ ਖਿਮਾ ਮੰਗਣਾ, ਤੇ ਵਾਹਿਗੁਰੂ ਅੱਗੇ ਸੱਚੇ ਪਾਤਸ਼ਾਹ ਬਾਬੇ ਨਾਨਕ ਨੂੰ ਅਰਦਾਸ ਕਰਦਾ ਕਿ ਇਹ ਹਰੇ ਝੰਡੇ ਐਵੇਂ ਝੂਲਦੇ ਰਹਿਣ ਤੇ ਸਦਾ ਸਾਡੇ ਹੌਸਲੇ ਦੀ ਜਿੱਤ ਹੁੰਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਕੁਛ ਕੁ ਖਾਸ ਭਰਾ ਸੀਗੇ ਸਾਡੇ ਉੱਥੇ, ਜਗਸੀਰ ਸਿੰਘ ਸੂਮੀਵਾਲ, ਬਰਨਾਲਾ ਪ੍ਰਧਾਨ, ਭਾਨਾ ਸਿੱਧੂ, ਜਿਨ੍ਹਾਂ ਦੀ ਬਦੌਲਤ ਮੈਂ ਤੁਹਾਡੇ ਉੱਥੇ ਤੁਹਾਡੇ ਚਰਨਾਂ 'ਚ ਪੇਸ਼ ਹੋ ਸਕਿਆ, ਤੇ ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਰਦਾ ਜੀ। ਸਤਿ ਸ਼੍ਰੀ ਅਕਾਲ ਜੀ।